ਇਹ ਤਸਵੀਰਾਂ ਉਸ ਹੀ ਦੁਕਾਨ ਦੀਆਂ ਨੇ ਜਿਸ 'ਤੇ ਨਿਹੰਗ ਸਿੰਘਾਂ ਦੀ ਅਚਾਨਕ ਅੱਖ ਪਈ ਤਾਂ ਫਿਰ ਉਹਨਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਅਤੇ ਫਿਰ ਦੇਖਦੇ ਦੇਖਦੇ ਸਤਿਕਾਰ ਕਮੇਟੀ ਦੇ ਆਗੂ ਇੱਕ ਦੇ ਪਿੱਛੇ ਦੂਜਾ ਅਤੇ ਦੂਜੇ ਦੇ ਪਿੱਛੇ ਤੀਜਾ ਇੱਕ ਇੱਕ ਕਰਕੇ ਸਤਿਕਾਰ ਕਮੇਟੀ ਦੀ ਪੂਰੀ ਟੀਮ ਦੁਕਾਨ ਦੇ ਅੰਦਰ ਵੜ ਗਈ ਅਤੇ ਵੜਦੇ ਸਾਰ ਹੀ ਜੋ ਉਹਨਾਂ ਨੇ ਦਿਖਾਇਆ ਉਸ ਦੇ ਨਾਲ ਸਭ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਛੋਟੀ ਕਲਾਸ ਹਾਊਸ ਆ, ਸਾਨੂੰ ਸਾਡੇ ਸਿੰਘਾਂ ਨੂੰ ਇੱਥੇ ਪਤਾ ਲੱਗਾ ਸੀ ਭਾਈ ਰਾਜਵੀਰ ਸਿੰਘ ਹੁਣਾਂ ਨੂੰ ਵੀ ਇਹਨਾਂ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਨੇ, ਜਦੋਂ ਇੱਥੇ ਅਸੀਂ ਪਹੁੰਚੇ ਹਾਂ ਸਿੰਘਾਂ ਸਮੇਤ ਅਤੇ ਅਸੀਂ ਕਮਰਾ ਜਿਹੜਾ ਉਹ ਖੋਲ੍ਹ ਕੇ ਵੇਖਿਆ ਵਾ ਅਤੇ ਕਮਰੇ ਵਿੱਚ ਜਿਹੜਾ ਉਹ ਮਹਾਰਾਜ ਦਾ ਪ੍ਰਕਾਸ਼ ਸੀਗਾ, ਪ੍ਰਕਾਸ਼ ਮਹਾਰਾਜ ਦਾ ਜਿਹੜਾ ਸੀਗਾ ਉੱਥੇ ਕੋਈ ਸੁਖਾਸਨ ਦੀ ਜਗ੍ਹਾ ਨਹੀਂ ਸੀ ਹੈਗੀ, ਬੜਾ ਛੋਟਾ ਜਿਹਾ ਕਮਰਾ ਵਾ। ਉਸ ਕਮਰੇ ਵਿੱਚ ਇਹਨਾਂ ਨੇ ਆਪਣਾ ਲਿਟਰੇਚਰ ਕਿਤਾਬਾਂ ਕਤੂਬਾਂ ਰੱਖੀਆਂ ਹੋਈਆਂ ਸੀ। ਸਤਿਕਾਰ ਮਹਾਰਾਜ ਦਾ ਬਿਲਕੁਲ ਨਹੀਂ ਸੀ ਹੈਗਾ, ਘੱਟਾ ਜੰਮਿਆ ਹੋਇਆ ਸੀਗਾ, ਮਹਾਰਾਜ ਦੇ ਬਸਤਰ ਗੰਦੇ ਸੀਗੇ ਅਤੇ ਪ੍ਰਕਾਸ਼ ਸੀ ਮਹਾਰਾਜ, ਸੇਵਾ ਸੰਭਾਲ ਨਹੀਂ ਸੀ ਹੁੰਦੀ ਪ੍ਰੋਪਰ। ਸੋ ਜਦੋਂ ਇੱਥੇ ਪਹੁੰਚ ਕੇ ਸਾਰੀ ਕਾਰਵਾਈ ਅਸੀਂ ਕੀਤੀ ਆ ਅਤੇ ਭਾਈ ਬਲਵੀਰ ਸਿੰਘ ਮੁੱਛਲ ਹੋਣੀ ਆਏ ਨੇ ਇੱਥੇ, ਤੁਸੀਂ ਮੀਡੀਆ ਆਇਆ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਆਏ ਸੀ ਪਾਲਕ ਸਾਹਿਬ ਲੈ ਕੇ। ਸੋ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਵਾ ਉਹ ਰਾਮਸਰ ਸੁਸ਼ੋਭਿਤ ਕਰਵਾ ਦਿੱਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਪਰ ਇਹਨਾਂ ਵੱਲੋਂ ਜਿਹੜੀ ਗੱਲ ਕਹੀ ਆ ਰਹੀ ਕਿ ਮੇਰੇ ਕੋਲ ਗਲਤੀ ਹੋ ਗਈ, ਗਲਤੀ ਹੁੰਦੀ ਆ ਬੰਦੇ ਕੋਲੋਂ ਅਣਜਾਣਤਾ ਵੱਸ, ਕੋਈ ਅਣਜਾਣ ਗਲਤੀ ਕਰੇ, ਇਹ ਗੁਨਾਹ ਹੋ ਰਹੇ ਨੇ ਸਾਡੇ ਕੋਲੋਂ ਅਤੇ ਅਸੀਂ ਆਪਣੇ ਹੱਥੀਂ ਗ੍ਰਾਂ ਕਰ ਰਹੇ ਹਾਂ। ਜੇ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ, ਅਸੀਂ ਪ੍ਰਕਾਸ਼ ਨਾ ਕਰੀਏ ਮਹਾਰਾਜ ਦਾ, ਥਾਂ ਥਾਂ ਦੇ ਗੁਰੂ ਘਰ ਨੇ ਸਾਡੇ ਮੋੜਾਂ ਦੇ ਉੱਤੇ, ਉੱਥੇ ਜੇ ਦਰਸ਼ਨ ਕਰ ਲਈਏ ਮਹਾਰਾਜ ਦੇ, ਜੇ ਸਹਿਜ ਪਾਠ ਕਰਨਾ, ਸੈਂਚੀਆਂ ਸਾਡੇ ਕੋਲ ਹੈਗੀਆਂ, ਪੋਥੀਆਂ ਹੈਗੀਆਂ ਉਹ ਲੈ ਆਈਏ, ਪਰ ਪ੍ਰਕਾਸ਼ ਕਰਕੇ ਅਸੀਂ ਕਿਹੜਾ ਵੱਡਾ ਸਿੱਖ ਬਣਨਾ ਚਾਹੁੰਦੇ ਹਾਂ, ਮੈਨੂੰ ਨਹੀਂ ਸਮਝ ਆਉਂਦੀ। ਫਿਰ ਜੇ ਪ੍ਰਕਾਸ਼ ਕੀਤਾ ਵਾ ਫਿਰ ਸਤਿਕਾਰ ਤਾਂ ਬਹਾਲ ਕਰੀਏ ਮਹਾਰਾਜ ਦਾ, ਘੱਟੋ ਘੱਟ ਮਹਾਰਾਜ ਦਾ ਸੋਹਣਾ ਕਮਰਾ ਹੋਵੇ, ਸੋਹਣਾ ਪ੍ਰਕਾਸ਼ ਹੋਵੇ, ਸੁਖਾਸਨ ਵਾਸਤੇ ਜਗ੍ਹਾ ਹੋਵੇ। ਪਰ ਇੱਥੇ ਤਾਂ ਸੁਖਾਸਨ ਵਾਸਤੇ ਜਗ੍ਹਾ ਛੱਡੋ, ਪ੍ਰਕਾਸ਼ ਵਾਸਤੇ ਵੀ ਜਗ੍ਹਾ ਇੰਨੀ ਗਾ ਅਤੇ ਉੱਥੇ ਮਾਰੇ ਪ੍ਰਕਾਸ਼ ਕੀਤਾ ਹੋਇਆ। ਦੂਜੇ ਪਾਸੇ ਦੁਕਾਨਦਾਰ ਨੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਮੈਂ ਖਿਮਾ ਦਾ ਜਾਚਕ ਹਾਂ, ਭਵਿੱਖ ਦੇ ਵਿੱਚ ਅਜਿਹੀ ਕੋਈ ਵੀ ਗਲਤੀ ਨਹੀਂ ਕਰਾਂਗਾ। ਗੁਰੂ ਸਾਹਿਬ ਜੀ ਸਾਡੇ ਕੋਲ ਸੇਵਾ ਸੰਭਾਲ ਨਹੀਂ ਹੋਈ, ਸਾਡੀ ਸਾਨੂੰ ਕੋਲ ਮਾਫ਼ੀ ਮੰਗਦਾ ਜੀ, ਗੁਨਾਹ ਹੋਇਆ ਮੇਰੇ ਜੀ। ਜੇਕਰ ਸੇਵਾ ਸੰਭਾਲ ਨਹੀਂ ਹੋਈ ਸੀ ਤਾਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ, ਉੱਥੇ ਮਹਾਰਾਜ ਦੇ ਰੂਪ ਉੱਥੇ ਜਾ ਕੇ ਆਉਂਦੇ ਅਤੇ ਤੁਸੀਂ ਇਹ ਕਿਉਂ ਰੱਖਿਆ? ਅਸੀਂ ਗਲਤੀ ਹੋ ਗਈ, ਗੁਨਾਹ ਹੋ ਗਿਆ ਮੈਂ। ਇਹਦੇ ਵਿੱਚ ਦੇਖੋ ਜੀ, SGPC ਦੇ ਧਰਮ ਪ੍ਰਚਾਰ ਕਮੇਟੀ ਤੋਂ ਮੈਂਬਰ ਆਏ ਸੀ ਜੀ, ਉਹਨਾਂ ਨੂੰ ਇਨਫੋਰਮ ਕੀਤਾ ਸੀ, ਉਹਨਾਂ ਨੇ ਆ ਕੇ ਸਾਰਾ ਅੰਦਰ ਦੇਖ ਲਿਆ ਵਾ। ਮਹਾਰਾਜ ਦੇ ਸਰੂਪ ਨੂੰ ਉਹ ਸਤਿਕਾਰ ਸਹਿਤ ਰਾਮਸਰ ਗੁਰਦੁਆਰਾ ਸਾਹਿਬ ਲੈ ਗਏ ਨੇ ਅਤੇ ਅੱਗੇ ਜੋ ਵੀ ਉਹਨਾਂ ਵੱਲੋਂ ਇਨ ਰਿਟਰਨ ਜੋ ਵੀ ਸਾਨੂੰ ਐਪਲੀਕੇਸ਼ਨ ਮੂਵ ਕੀਤੀ ਜਾਏਗੀ ਉਸ ਮੁਤਾਬਕ ਦੇਖਾਂਗੇ ਅੱਗੇ ਕੀ ਬਣਦੀ ਕਾਰਵਾਈ ਜੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੌਕੇ ਤੇ ਪਹੁੰਚੇ ਹਾਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਕੀ ਆਗੂਆਂ ਵੱਲੋਂ ਇੱਥੋਂ ਮਹਾਰਾਜ ਜੀ ਦਾ ਸਰੂਪ ਲਿਜਾ ਕੇ ਸ਼੍ਰੀ ਰਾਮਸਰ ਗੁਰੂ ਘਰ ਵਿਖੇ ਬਿਰਾਜਮਾਨ ਕਰਵਾ ਦਿੱਤਾ ਹੈ। ਹਕੀਕੀ TV ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।